ਸੋ ਸਾਨੂੰ ਮਜਬੂਰ ਹੋ ਕੇ ਜੋ ਹੁਣ 27 ਤੇ 28 ਦਾ ਧਰਨਾ ਹੜਤਾਲ ਕਰਦੇ ਮਜਬੂਰ ਹੋ ਕੇ ਅਸੀਂ ਹੜਤਾਲ ਕਰ ਰਹੇ ਆ ਕਿਉਂਕਿ ਮੈਨੇਜਮੈਂਟ ਚਾਹੁੰਦੀ ਆ ਕਿ ਅਸੀਂ ਹੜਤਾਲਾਂ ਧਰਨੇ ਕਰੀਏ ਤੇ ਸਰਕਾਰ ਦੀ ਬਦਨਾਮੀ ਕਰੀਏ ਸਹਿਮਤੀ ਬਣ ਗਈ ਸਰਕਾਰ ਨਾਲ ਸਰਕਾਰ ਨੇ ਮੰਗਾਂ ਮੰਨ ਲਈਆਂ ਨੇਗੀਆਂ ਤੇ ਵਿਭਾਗ ਉਹਨਾਂ ਨੂੰ ਲਾਗੂ ਨਹੀਂ ਕਰ ਰਿਹਾ ਵਿਭਾਗ ਦੇ ਅਧਿਕਾਰੀਆਂ ਦੀ ਨਲੇਕੀ ਆ ਜੋ ਕਿ ਸਾਡਾ ਵਾਰ ਵਾਰ ਸਰਕਾਰ ਨਾਲ ਟਕਰਾ ਕਰਾਉਣਾ ਚਾਹੁੰਦੇ ਨੇਗੇ ਆਪਣੀਆਂ ਮੰਗਾਂ ਨੂੰ ਲੈ ਕੇ PRTC ਅਤੇ ਪਨਬੱਸ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੀ 27 ਤਰੀਕ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਕਰਨਗੇ। ਇਹਨਾਂ ਦਾ ਕਹਿਣਾ ਕਿ ਜੋ ਸਾਡੀਆਂ ਮੰਗਾਂ ਸੀ ਵਾਰ ਵਾਰ ਸਰਕਾਰ ਨੂੰ ਬੇਨਤੀਆਂ ਕਰ ਚੁੱਕੇ ਹਾਂ, ਗੇਟ ਰੈਲੀਆਂ ਕਰ ਚੁੱਕੇ ਹਾਂ, ਪਰ ਸਰਕਾਰ ਨੇ ਸਾਡੀ ਇੱਕ ਨਾ ਮੰਨੀ, ਜਿਸ ਕਾਰਨ ਆਉਣ ਵਾਲੀ 27 ਜੂਨ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਪਨਬੱਸ ਅਤੇ PRTC ਦੇ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ। ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਕੀ ਨਾਮ ਹੈ ਸਰ? ਮੇਰਾ ਨਾਮ ਜਤਿੰਦਰ ਸਿੰਘ ਆ ਜੀ, ਮੈਂ ਪਨਬੱਸ PRTC ਯੂਨੀਅਨ ਤੋਂ ਸੂਬਾ ਗੁਆ ਸੰਗਰੂੜੀ ਤੋਂ। ਸਰ, ਜੇਕਰ ਗੱਲ ਕੀਤੀ ਜਾਵੇ, ਐਲਾਨ ਕੀਤਾ ਗਿਆ 27 ਤਰੀਕ ਦਾ ਵੀ ਚੱਕਾ ਜਾਮ ਕੀਤਾ ਜਾਊਗਾ ਪਨਬੱਸ ਅਤੇ PRTC ਦਾ, ਉਹ ਕਿਹੜੀਆਂ ਮੰਗਾਂ ਨੇ ਅਤੇ ਕਦੋਂ ਦਾ ਸੰਘਰਸ਼ ਕਰ ਰਹੇ? ਦੇਖੋ ਜੀ, ਸਾਨੂੰ ਪਿਛਲੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਆਪਣੀਆਂ ਜੋ ਹੱਕੀ ਅਤੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂਗੇ ਅਤੇ ਵਾਰ ਵਾਰ ਸਰਕਾਰ ਨਾਲ ਮੀਟਿੰਗਾਂ ਹੋਣ ਦੇ, ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈਗੀ ਉਦੋਂ ਵੀ ਸਾਡੇ ਲਗਾਤਾਰ ਸੰਘਰਸ਼ ਜਾਰੀ ਰਹੇ ਨੇ ਅਤੇ ਉਦੋਂ ਉਸ ਟਾਈਮ ਸਾਨੂੰ 30% ਅਤੇ 5% ਦਾ ਵਾਧਾ ਦਿੱਤਾ ਗਿਆ ਸੀਗਾ, ਜੋ ਕਿ ਇਸ ਸਰਕਾਰ ਦੇ ਆਉਣ ਨਾਲ ਜੋ 5% ਦਾ ਸਾਡਾ ਵਾਧਾ ਸੀਗਾ ਉਹ ਰੋਕ ਦਿੱਤਾ ਗਿਆ ਅਤੇ ਜੋ ਬਾਕੀ ਸਾਡੀਆਂ ਕੰਟਰੈਕਟ ਵਰਕਰਾਂ ਦੀਆਂ ਮੰਗਾਂ ਨੇਗੀਆਂ, ਐਡਵਾਂਸ ਬੁੱਕਰਾਂ ਦੀਆਂ ਮੰਗਾਂ ਨੇਗੀਆਂ, ਜੋ ਅਪੀਲ ਰੱਦ ਕਰਕੇ ਬਲੈਕਲਿਸਟ ਕਰਕੇ ਸਾਥੀ ਕੱਢੇ ਹੋਏ ਨੇਗੇ ਉਹਨਾਂ ਨੂੰ ਬਹਾਲ ਕਰਨ ਦੀਆਂ ਮੰਗਾਂ ਨੇਗੀਆਂ, ਅਤੇ ਸਾਡੇ ਜੇ ਆਊਟਸੋਰਸ ਕਰਮਚਾਰੀ ਨੇਗੇ ਜਿਹਦਾ ਕਿ ਅਸੀਂ ਡਾਟਾ ਵਾਰ ਵਾਰ ਸਰਕਾਰ ਨੂੰ ਅਤੇ ਮੈਨੇਜਮੈਂਟ ਨੂੰ, ਜੋ ਕਿ ਸਾਡਾ ਇੱਕ ਸਾਲ ਦਾ ਘੱਟੋ ਘੱਟ 20 ਕਰੋੜ ਰੁਪਇਆ GST ਦਾ ਸੈਂਟਰ ਸਰਕਾਰ ਨੂੰ ਜਾ ਰਿਹਾ ਗਾ, ਬੇਫਾਲਤੂ ਮਹਿਕਮੇ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ। ਉਹਦੇ ਸੰਬੰਧੀ ਅਸੀਂ ਸਾਰੀਆਂ ਮੰਗਾਂ 'ਤੇ ਜਾਣੂ ਕਰਵਾ ਚੁੱਕੇ ਹਾਂ, ਕਿਲੋਮੀਟਰ ਬੱਸਾਂ ਦੇ ਸੰਬੰਧੀ ਅਸੀਂ ਜਾਣੂ ਕਰਵਾ ਚੁੱਕੇ ਹਾਂ, ਜੋ ਕਿ ਸਾਡੀ ਹੜਤਾਲ ਪਿਛਲੇ ਸਮੇਂ ਦੌਰਾਨ 19-12 ਨੂੰ ਸਾਡੀ ਹੜਤਾਲ ਹੋਈ ਸੀਗੀ, ਜਿਸ ਦੇ ਵਿੱਚ ਸਾਡੀ ਚੀਫ ਸੈਕਟਰੀ ਜੰਜੂਆ ਜੀ ਨਾਲ ਸਾਡੀ ਮੀਟਿੰਗ ਹੋਈ ਸੀਗੀ, ਉਹਦੇ ਵਿੱਚ ਲਗਭਗ ਸਾਡੀ ਸਾਰੀਆਂ ਮੰਗਾਂ 'ਤੇ ਸਹਿਮਤੀ ਬਣ ਗਈ ਸੀਗੀ। ਉਹ ਮੰਗਾਂ 'ਤੇ ਸਹਿਮਤੀ ਬਣਨ ਦੇ ਬਾਵਜੂਦ ਅਸੀਂ ਉਹ ਹੜਤਾਲ ਨੂੰ ਖਤਮ ਕਰ ਦਿੱਤਾ ਸੀਗਾ ਅਤੇ ਉਹਨਾਂ ਵੱਲੋਂ 1 ਮਹੀਨੇ ਦਾ ਸਮਾਂ ਲਿੱਤਾ ਗਿਆ ਸੀਗਾ। 1 ਮਹੀਨਾ ਸਮਾਂ ਦੇਣ ਤੋਂ ਬਾਅਦ ਵੀ ਉਹਨਾਂ ਵੱਲੋਂ ਸਾਡੀਆਂ ਮੰਗਾਂ 'ਤੇ ਜੋ ਮਹਿਕਮੇ ਨੇ ਲਾਗੂ ਨਹੀਂ ਕੀਤੀਆਂ, ਜੋ ਕਿ ਵਿਭਾਗ ਨੇ ਲਾਗੂ ਕਰਨੀਆਂ ਹੁੰਦੀਆਂ ਨੇ, ਸਰਕਾਰ ਨਾਲ ਸਹਿਮਤੀ ਬਣੀ ਹੋਈ ਆ, ਪਰ ਵਿਭਾਗ ਕਿਤੇ ਨਾ ਕਿਤੇ ਆਪਣੀਆਂ ਚਲੋ ਨਾਕਾਮੀਆਂ ਕਹਿ ਲਓ, ਵਿਭਾਗ ਦੀਆਂ ਵੀ ਨਾਕਾਮੀਆਂ ਨੇਗੀਆਂ, ਉਹ ਵਿਭਾਗ ਆਪਣੇ ਮੰਗਾਂ ਨੂੰ ਲਾਗੂ ਨਹੀਂ ਕਰ ਰਿਹਾ ਹੈਗਾ। ਜਦੋਂ ਸਰਕਾਰ ਨੇ ਮੰਗਾਂ 'ਤੇ ਸਹਿਮਤੀ ਦਿੱਤੀ ਆ, ਯੂਨੀਅਨਾਂ ਬਣੀਆਂ, ਉਸ ਤੋਂ ਬਾਅਦ ਵੀ ਅਸੀਂ ਸੰਗਰੂਰ ਦਾ ਵੀ ਪ੍ਰੋਗਰਾਮ ਰੱਖਿਆ ਸੀਗਾ, ਜਿਸ ਦੇ ਵਿੱਚੋਂ ਕਿ ਸਾਨੂੰ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਵੀ ਮਿਲੀ ਸੀ ਅਤੇ ਜਲੰਧਰ ਵੀ ਅਸੀਂ ਘਰਾਓ ਕੀਤਾ ਸੀ PAP ਦਾ, ਜੋ ਇਹਨਾਂ ਦੀ ਪਿਛਲੀ ਜ਼ਿਮਨੀ ਚੋਣ ਹੋ ਕੇ ਗਈ ਆ ਉਹਦੇ ਦੌਰਾਨ ਅਸੀਂ ਸੰਘਰਸ਼ ਕੀਤੇ ਸੀਗੇ, ਉੱਥੇ ਵੀ ਸਾਡੀ 2 ਵਾਰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਆ, ਉੱਥੇ ਵੀ ਸਿਰਫ ਭਰੋਸਾ ਹੀ ਦਿੱਤਾ ਗਿਆ, ਉਸ ਤੋਂ ਬਾਅਦ ਵੀ ਸਾਨੂੰ 15 ਦਿਨ ਦਾ ਸਮਾਂ ਫੇਰ ਦਿੱਤਾ ਗਿਆ ਸੀਗਾ ਅਤੇ 2 ਵਾਰ ਸਮਾਂ ਦੇ ਕੇ, 1 ਵਾਰ ਮਹੀਨੇ ਦਾ, 1 ਵਾਰ 15 ਦਿਨ ਦਾ ਸਮਾਂ ਦੇਣ ਦੇ ਬਾਵਜੂਦ ਵੀ ਸਾਡੀਆਂ ਜੋ ਮੰਗਾਂ ਨੇ ਉਹ ਲਾਗੂ ਨਹੀਂ ਕੀਤੀਆਂ ਗਈਆਂ ਵਿਭਾਗ ਦੇ ਵੱਲੋਂ। ਪਤਾ ਨਹੀਂ ਵਿਭਾਗ ਤੋਂ ਸਰਕਾਰ ਡਰਦੀ ਆ ਜਾਂ ਵਿਭਾਗ ਦੇ ਕਰਮਚਾਰੀ ਨੇ ਉਹ ਸਰਕਾਰ ਨੂੰ ਅਣਗੌਲਿਆ ਕਰ ਰਹੇ ਨੇਗੇ, ਸਰਕਾਰ ਦੀ ਉਹ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਹੈਗੇ। ਇਹ ਜੋ ਇਸ ਦੇ ਦਰਮਿਆਨ ਜੋ ਸਮਾਂ ਦੁਬਾਰਾ ਫਿਰ ਲੰਘਿਆ ਗਾ, ਉਹ ਲੰਘਣ ਦੇ ਦੌਰਾਨ ਜੋ ਹੁਣ ਅਸੀਂ ਸੰਘਰਸ਼ ਰੱਖੇ ਨੇਗੇ, ਜੋ ਹੁਣ ਕੱਲ੍ਹ ਪਨਬੱਸ ਦੇ ਗੀਟਾਂ 'ਤੇ ਗੇਟ ਰੈਲੀਆਂ ਕੀਤੀਆਂ ਗਈਆਂ ਨੇ, ਜਾਂ ਸਾਡਾ 21 ਧਰਨਾ ਲੱਗਿਆ ਸੀ 19 ਤਰੀਕ ਦਾ ਕਿਲੋਮੀਟਰ ਦੇ ਸੰਬੰਧੀ ਪਟਿਆਲੇ ਵਿਖੇ ਅਸੀਂ ਧਰਨਾ ਲਾਇਆ ਗਿਆ ਸੀਗਾ, ਉੱਥੇ ਵੀ ਚੇਅਰਮੈਨ ਸਾਹਿਬ ਨਾਲ ਮੀਟਿੰਗ 21 ਤਰੀਕ ਦੀ ਮੀਟਿੰਗ ਫਿਕਸ ਹੋਈ ਸੀ, ਉੱਥੇ ਵੀ ਸਾਨੂੰ ਭਰੋਸਾ ਦਿੱਤਾ ਗਿਆ ਸੀਗਾ ਵੀ ਜੇ ਕਿਲੋਮੀਟਰ ਤੁਸੀਂ ਨੁਕਸਾਨ ਗਿਣਾ ਦੋਗੇ ਵੀ ਹਾਂ ਕਿਲੋਮੀਟਰ ਗੱਡੀਆਂ ਦੇ ਇਹ ਨੁਕਸਾਨ ਨੇਗੇ ਤਾਂ ਅਸੀਂ ਉਹਨਾਂ 'ਤੇ ਰੋਕ ਲਾਵਾਂਗੇ, ਅਤੇ ਯੂਨੀਅਨ ਵੱਲੋਂ ਸਾਰਾ ਕੁਝ ਤੈਅ ਕਰਕੇ ਦੱਸ ਦਿੱਤਾ ਗਿਆ ਵੀ ਆਹ ਕਿਲੋਮੀਟਰ ਬੱਸਾਂ ਦੇ ਨੁਕਸਾਨ ਨੇ, ਜਾਂ ਸਾਡੇ ਜੋ ਕੰਡਕਟਰ ਸਟਾਫ ਕਿਲੋਮੀਟਰ ਬੱਸਾਂ 'ਤੇ ਡਿਊਟੀ ਕਰਦੇ ਵੀ ਉਹਨਾਂ ਨੂੰ ਆਹ ਤੰਗੀਆਂ ਪਰੇਸ਼ਾਨੀਆਂ ਆ ਰਹੀਆਂ ਨੇਗੀਆਂ, ਅਤੇ ਉਹ ਸਾਰੀਆਂ ਚੀਜ਼ਾਂ ਵਿਭਾਗ ਨੂੰ ਦੱਸਣ ਦੇ ਬਾਵਜੂਦ ਵੀ ਵਿਭਾਗ ਇਹਨਾਂ ਗੱਲਾਂ ਤੋਂ ਭੱਜ ਰਿਹਾ ਗਾ ਅਤੇ ਸਰਕਾਰ ਵੀ ਲਗਾਤਾਰ ਇਹਨਾਂ ਗੱਲਾਂ ਤੋਂ ਭੱਜਦੀ ਨਜ਼ਰ ਆ ਰਹੀ ਆ। ਸੋ ਸਾਨੂੰ ਮਜਬੂਰ ਹੋ ਕੇ ਜੋ ਹੁਣ 27 ਅਤੇ 28 ਦਾ ਧਰਨਾ ਹੜਤਾਲ ਕਰਦੇ, ਮਜਬੂਰ ਹੋ ਕੇ ਅਸੀਂ ਹੜਤਾਲ ਕਰ ਰਹੇ ਹਾਂ ਕਿਉਂਕਿ ਮੈਨੇਜਮੈਂਟ ਚਾਹੁੰਦੀ ਆ ਕਿ ਅਸੀਂ ਹੜਤਾਲਾਂ ਧਰਨੇ ਕਰੀਏ ਅਤੇ ਸਰਕਾਰ ਦੀ ਬਦਨਾਮੀ ਕਰੀਏ। ਇਹ ਗੱਲ ਕਲੀਅਰ ਹੋ ਚੁੱਕੀ ਆ ਕਿਉਂਕਿ ਸਰਕਾਰ ਨੇ ਸਹਿਮਤੀ ਬਣ ਗਈ ਸਰਕਾਰ ਨਾਲ, ਸਰਕਾਰ ਨੇ ਮੰਗਾਂ ਮੰਨ ਲਈਆਂ ਨੇਗੀਆਂ ਅਤੇ ਵਿਭਾਗ ਉਹਨਾਂ ਨੂੰ ਲਾਗੂ ਨਹੀਂ ਕਰ ਰਿਹਾ। ਸੋ ਇਹ ਵਿਭਾਗ ਦੇ ਅਧਿਕਾਰੀਆਂ ਦੀ ਨਲੇਕੀ ਆ ਜੋ ਕਿ ਸਾਡਾ ਵਾਰ ਵਾਰ ਸਰਕਾਰ ਨਾਲ ਟਕਰਾਅ ਕਰਾਉਣਾ ਚਾਹੁੰਦੇ ਨੇਗੇ, ਕਿਉਂਕਿ ਉਹ ਸਾਨੂੰ ਸਰਕਾਰ ਦੀ ਬਦਨਾਮੀ ਇਸ ਕਰਕੇ ਕਰਾਉਣਾ ਚਾਹੁੰਦੇ ਕਿਉਂਕਿ ਜੋ ਕਰਮਚਾਰੀ ਨੇਗੇ
वह पहला पिछलियां सरकार के समय के महकमे लगे हुए हैं, कांग्रसिया के समय के महकमे लगे हुए हैं। तो जो ज साडिया जायज़ मंगा मनिया ने वह ना लागू करन करके असी 27 ते 28 असी मुख्यमंत्री की रिहायश का घराओ भी करा। तो 27 तरीक नी पहले टाइम तो गड्डियां बंद करके PRTC पनबस दियाँ मुकम्मल चक्का जाम करा। बिल्कुल, इस सूबा प्रधान जिन्होंने आख्या कि बेशक सरकार दे नाल कई मीटिंगां हो चुकियां, पर जेकर कहिंदे ने कि चीफ सैकटरी ने भी इन्हां दीआं मंगां मन लैते हैं गए सी, पर किते ना किते जो इन्हां दा विभाग आ आनाकानी कर रहा। पर इन्हां दा कहना कि 27 ते 28 तरीक नूं 27 तरीक नूं पूरे पंजाब भर दे विच सवेर तो ही ला के देर रात तक PRTC ते पन बस चक्का जाम करेगी। 28 तरीक नूं मुख्यमंत्री भगवंत सिंह मान दी कोठी का घराओ किया जाऊगा। हुण देखण वाला यह समा होगा कि पंजाब सरकार या फिर विभाग इन्हां दीआं मंगां मन के इन्हां नूं कोई राहत दिंदा या फिर नहीं। कैमरामैन संजू रावत दे नाल हरजीत सिद्धू, लिविंग इंडिया, संगरूर।